ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਨੂੰ ਇੱਕ ਖੇਤੀ ਫਾਰਮ 'ਤੇ ਹੋਈਆਂ 4 ਬੇਵਕਤੀਆਂ ਮੌਤਾਂ ਦੀ ਖਬਰ ਨੇ ਪੂਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। ਉੱਤਰੀ ਇਟਲੀ ਦੇ ਸ਼ਹਿਰ ਅਰੇਨਾ ਦੀ ਪਾਵੀ ਏ ਵਿਖੇ 48 ਅਤੇ 45 ਸਾਲ ਦੇ 2 ਸਕੇ ਭਰਾਵਾਂ ਸਮੇਤ 4 ਭਾਰਤੀ ਕਾਮਿਆਂ ਦੀ ਮੌਤ ਦੀ ਖਬਰ ਅੱਗ ਵਾਂਗ ਫੈਲ ਰਹੀ ਹੈ। ਮੁੱਢਲੀ ਜਾਣਕਾਰੀ ਮੁਤਾਬਕ ਇੱਕ ਡੈਰੀ ਫਾਰਮ ਜਿਸ ਦੇ ਮਾਲਕ ਸਕੇ ਭਰਾ ਦੱਸੇ ਜਾ ਰਹੇ ਹਨ, ਆਪਣੇ 2 ਵਰਕਰਾਂ ਨਾਲ ਇੱਕ ਰਸਾਇਣਕ ਟੈਂਕਰ ਦੀ ਸਫਾਈ ਕਰਦਿਆਂ ਵਾਪਰੇ ਹਾਦਸੇ ਵਿੱਚ 4 ਦੀ ਮੌਤ ਹੋ ਗਈ ਹੈ। ਇੱਕ ਸਥਾਨਕ ਅਖਬਾਰ ਮੁਤਾਬਕ 4 ਟੈਂਕਰ ਦੇ ਨੇੜੇ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਇੱਕ ਇਸ ਰਸਾਇਣਕ ਟੈਂਕਰ ਵਿੱਚ ਜੜ ਗਿਆ, ਬਾਕੀ ਦੇ 3 ਉਸ ਨੂੰ ਬਚਾਉਣ ਦੇ ਯਤਨਾਂ ਵਿੱਚ ਆਪਣੀ ਜਾਨ ਗੁਆ ਬੈਠੇ, ਜਿਨ੍ਹਾਂ ਵਿੱਚ 2 ਦੀਆਂ ਲਾਸ਼ਾਂ ਬਰਾਮਦ ਹੋ ਚੁੱਕੀਆਂ ਨੇ, ਜਦਕਿ 2 ਵਿਅਕਤੀ ਇਸ ਵੱਡੇ ਟੈਂਕਰ ਵਿੱਚ ਲਾਪਤਾ ਦੱਸੇ ਜਾ ਰਹੇ ਨੇ। ਬਚਾਓ ਅਧਿਕਾਰੀਆਂ ਮੁਤਾਬਕ ਕਿਸੇ ਦੀ ਬਚਣ ਦੀ ਉਮੀਦ ਨਹੀਂ ਹੈ। ਇਸ ਘਟਨਾ ਨਾਲ ਇਟਲੀ ਵਿੱਚ ਵੱਸਦੇ ਭਾਰਤੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੇਖੀ ਜਾ ਰਹੀ ਹੈ। ਇਟਲੀ ਤੋਂ ਵਿੱਕੀ ਬਟਾਲਾ ਦੀ ਰਿਪੋਰਟ।